ਐਲੀਗੇਸ਼ਨ ਲੱਗ ਜਾਣ ਨਾਲ ਕੋਈ ਦੋਸ਼ੀ ਨਹੀਂ ਹੋ ਜਾਂਦਾ। ਜਦੋਂ ਇਹਨਾਂ ਦੀ ਸਰਕਾਰ ਸੀ ਕਦੇ ਇਹਨਾਂ ਨੇ ਆਪਣੇ ਕਿਸੇ ਰਾਜਨੇਤਾ ਨੂੰ ਪੁੱਛ ਪੜਤਾਲ ਕੀਤੀ ਸੀ? ਅੱਜ ਤੋਤੇ ਨੇ ਪਿੰਜਰੇ ਚ ਬੰਦ ਨੇ, ਜੋ ਕਹਿੰਦੇ ਮੋਦੀ ਸਾਹਿਬ ਉਹੀ ਹੋਈ ਜਾਂਦਾ। ਸ਼ਰਮ ਵਾਲੀ ਗੱਲ ਹੈ ਕਿ ਇੱਕ ਲੋਕਾਂ ਦਾ ਹਰਮਨ ਪਿਆਰਾ ਨੇਤਾ, ਆਮ ਆਦਮੀ ਪਾਰਟੀ ਦੀ ਜਿਹੜੀ ਸੰਯੋਜਕ ਜਿਨ੍ਹਾਂ ਨੇ ਪਾਰਟੀ ਸ਼ੁਰੂ ਕੀਤੀ ਹੈ, ਉਹਨਾਂ ਨਾਲ ਇਸ ਤਰ੍ਹਾਂ ਦਾ ਵਰਤਾਓ ਕਰਨਾ, ਜਿੰਨੀ ਵੀ ਨਿੰਦਿਆ ਕਰਨੀ ਉਨੀ ਥੋੜੀ ਹੈ। ਬੜੀ ਬੇਸ਼ਰਮੀ ਵਾਲੀ ਗੱਲ ਹੈ ਕਿ ਜਿਹੜੀਆਂ ਸਰਕਾਰੀ ਏਜੰਸੀਆਂ ਸਾਡਾ ਜਿਹੜਾ ਖੇਤ ਨੇ ਇਹ ਟੇਲ ਤੇ ਨੇ, ਜਿਹੜੇ ਪੈਪ ਦੱਬੇ ਗਏ ਨੇ ਜੀ ਸਾਡੇ ਖੇਤਾਂ 'ਚ, ਇਹ 50-60 ਸਾਲ ਤੋਂ ਪਹਿਲਾਂ ਦਾ ਕਿਤੇ ਪਾਣੀ ਆਇਆ ਹੋਇਆ ਜੀ, ਉਸ ਤੋਂ ਬਾਅਦ ਸਾਡੇ ਖੇਤਾਂ 'ਚ ਪਾਣੀ ਨਹੀਂ ਆਇਆ। ਪਹਿਲਾਂ ਤਾਂ ਇਹ ਨਿੱਜ ਮੁਸ਼ਕਲਾਂ ਬਹੁਤ ਗਈਆਂ, ਸੋ ਹੁਣ ਜਿਹੜਾ ਇਹ ਪਾਣੀ ਹੈ ਇਹ ਭੱਠਲਾਂ ਤੋਂ ਦੀ ਹੱਦ ਤੱਕ ਪਾਣੀ ਵੱਗ ਗਿਆ। ਇੱਥੇ ਟੇਲ ਆ ਜਿੱਥੇ ਅਸੀਂ ਖੜੇ ਹਾਂ, ਤੰਗੀ ਵੀ ਕੱਟਿਆ ਨੇ ਜੀ ਇਹ ਪਾਣੀ ਤੋਂ ਬਿਨਾਂ। ਹੁਣ ਅਸੀਂ ਸ਼ਿਕਾਲੇ ਹੋ ਗਏ ਜਦੋਂ ਪਾਣੀ ਉਰੇ ਸਾਡੇ ਟੇਲਾਂ ਤੱਕ ਪਹੁੰਚ ਗਿਆ ਜੀ। ਇਸ ਵਾਰ ਅਸੀਂ ਮੋਟਰਾਂ ਬੰਦ ਕਰਕੇ ਨਹਿਰੀ ਪਾਣੀ ਨਾਲ ਕੱਦੂ ਕਰਕੇ ਅਤੇ ਝੋਨਾ ਲਗਾਇਆ ਸੀ। ਨਾ ਤਾਂ ਮੈਂ ਆਪਦੀ ਸੁਰਤ 'ਚ ਦੇਖਿਆ ਸੀ, ਅਤੇ ਮੇਰੇ ਡੈਡੀ ਹੋਣਾ ਦੇ ਪੁੱਛਣ 'ਤੇ ਵੀ ਪਤਾ ਲੱਗਦਾ ਵੀ ਕਿ ਉਹਨਾਂ ਨੇ ਵੀ ਆਪਦੀ ਸੁਰਤ 'ਚ ਇਹ ਪਾਣੀ ਨਹੀਂ ਦੇਖਿਆ। ਜਦੋਂ ਦਾ ਇਹ ਸਾਡੇ ਪਾਣੀ ਉੱਪੜਦਾ ਕਰਿਆ, ਸਾਡੇ ਜੀ ਫਸਲਾਂ ਵਧੀਆ ਹੋਣ ਲੱਗ ਗਈਆਂ ਪਿਛਲੇ ਸਾਲ ਤੋਂ, ਅਤੇ ਨਾਲੇ ਪਾਣੀ ਦੀ ਬੱਚਤ ਆ ਧਰਤੀ ਦੇ ਦੀ। ਪੁਰਾਣੇ ਸੂਏ, ਰਜਵਾਹੇ, ਕੱਸੀਆਂ, ਨਹਿਰਾਂ ਦਾ ਪਾਣੀ ਆਊਗਾ ਤੁਹਾਡੇ ਕੋਲ, ਟਿਊਬਵੈੱਲਾਂ ਦਾ ਪਾਣੀ ਆਪਾਂ ਘੱਟ ਤੋਂ ਘੱਟ ਵਰਤਾਂਗੇ, ਧਰਤੀ 'ਚੋਂ ਆਪਾਂ ਪਾਣੀ ਘੱਟ ਕੱਢਾਂਗੇ। ਸਾਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਹੈ ਕਿ ਸਾਡੇ ਖੇਤਾਂ ਦੇ ਵਿੱਚ ਨਹਿਰੀ ਪਾਣੀ ਆ ਕੇ ਪੈਣ ਲੱਗ ਗਿਆ। ਪੰਜਾਬ ਸਰਕਾਰ ਨੇ ਜੋ ਭਗਵੰਤ ਮਾਨ ਜੀ ਨੇ ਵਾਅਦਾ ਕੀਤਾ ਸੀਗਾ ਨਹਿਰੀ ਪਾਣੀ ਦਾ, ਉਹ ਪੂਰੇ ਕਰਦੇ ਹੋਏ ਸਾਡੇ ਨਹਿਰੀ ਪਾਣੀ ਸਾਡੇ ਖੇਤ ਤੱਕ ਪਹੁੰਚ ਚੁੱਕਿਆ। ਅੰਨਦਾਤਿਆਂ ਦੀ ਖੁਸ਼ਹਾਲੀ ਨੂੰ ਸਮਰਪਿਤ ਹੈ ਪੰਜਾਬ ਸਰਕਾਰ। ਇਸ ਕੰਮ ਲਈ ਥੋੜੀ ਹੁੰਦੀ ਹੈ ਕਿ ਕਿਸੇ ਜਿਹੜੀ ਪਾਰਟੀ ਉਭਰ ਰਹੀ ਹੈ ਲੋਕਾਂ ਦੇ ਹਰਮਨ ਪਿਆਰੇ ਨੇਤਿਆਂ ਨੂੰ ਦਬਾਉਣ ਵਾਸਤੇ ਉਹਨਾਂ ਦਾ ਮਿਸਯੂਜ ਕਰਕੇ, ਤੇ ਬਿਨਾਂ ਕਿਸੇ ਮੁਕੱਦਮੇ ਦੇ ਅੰਦਰ ਦੇ ਸਿਪਾਹੀ ਹੈ, ਅਸੀਂ ਆਪਣੀ ਚੰਗੀਆਂ ਨੀਤੀਆਂ ਲੋਕਾਂ ਤੱਕ ਪਹੁੰਚਾਈਏ, ਨਾ ਕਿ ਅਹੰਕਾਰ ਦੀ ਗੱਲ ਕਰੀਏ। ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਦੇ ਮਹਾਂ ਸਰਕਾਰ ਦੋਸਤ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਵੱਲੋਂ ਮੋਹਾਲੀ ਦੇ ਵਿੱਚ ਗੁਰਦੁਆਰਾ ਅੰਬ ਸਾਹਿਬ ਦੇ ਨੇੜੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਤੌਰ ਤੇ ਪ੍ਰਦਰਸ਼ਨ ਕੇਂਦਰ ਦੇ ਖਿਲਾਫ ਹੈ, ਕੇਂਦਰ ਸਰਕਾਰ ਦੇ ਖਿਲਾਫ ਬਦਲਾ ਫੜਕੀ ਨੀਤੀ ਦੇ ਨਾਲ ਚੱਲਦੇ ਹੋਏ ਅਰਵਿੰਦ ਕੇਜਰੀਵਾਲ ਜੀ ਦੀ ਗ੍ਰਿਫਤਾਰੀ ਨੂੰ ਅੰਜਾਮ ਦਿੱਤਾ ਜਾ ਰਿਹਾ। ਸਿਹਤ ਜਿਸ ਪ੍ਰਕਾਰ ਵਿਗੜ ਰਹੀ ਹੈ ਉਸ ਦੇ ਨਾਲ ਹੀ ਜਿਹੜਾ ਕਿਹਾ ਅਰਵਿੰਦ ਕੇਜਰੀਵਾਲ ਦੀ ਮੌਤ ਵੀ ਹੋ ਸਕਦੀ ਹੈ, ਇਹ ਵੀ ਜਿਹੜੇ ਦੋਸ਼ ਲਾਏ ਜਾ ਰਹੇ ਨੇ। ਫੌਜਾ ਸਿੰਘ ਸਰਾਰੀ ਸਾਡੇ ਨਾਲ ਨੇ। ਸਰਾਰੀ ਸਾਹਿਬ, ਪਹਿਲਾਂ ED ਤੇ ਫਿਰ ਹੁਣ CBI ਨੇ ਵੀ ਦੋਸ਼ ਪੱਤਰ ਦਾਇਰ ਕੀਤਾ ਤੇ ਕਿਹਾ ਕਿ ਮੁੱਖ ਆਰੋਪੀ ਹੈ ਜਿਹੜੇ ਉਹ ਅਰਵਿੰਦ ਕੇਜਰੀਵਾਲ ਹੈ, 100 ਕਰੋੜ ਦਾ ਘੁਟਾਲਾ ਹੋਇਆ ਸੀ। ਇਹਨਾਂ ਨੂੰ ਕੇਜਰੀਵਾਲ ਸਾਹਿਬ ਤਾਂ ਮਿਲ ਜਾਂਦੇ ਜਿਹੜੇ ਸਿਟਿੰਗ ਮੌਜੂਦਾ ਮੁੱਖ ਮੰਤਰੀ ਨੇ ਸਾਡੀ ਰਾਜਧਾਨੀ, ਤੇ ਜਿਹੜੇ ਇਹਨਾਂ ਦੇ ਸਾਥੀ ਸੰਗੀ ਸੀ ਇਹਨਾਂ ਨਾਲ ਤਾਂ ਇਸ ਤਰ੍ਹਾਂ ਦਾ ਵਿਹਾਰ ਕੀਤਾ ਜਾ ਰਿਹਾ ਜਿਸ ਤਰ੍ਹਾਂ ਮੈਂ ਪੁਲਿਸ 'ਚ ਨੌਕਰੀ ਕੀਤੀ, ਮੈਂ ਇੱਕ ਵਾਰੀ ਸ਼ਾਇਦ ਪਹਿਲਾਂ ਵੀ ਗੱਲ ਕੀਤੀ ਸੀ, ਤੇ ਜਿਹੜਾ ਬੰਦਾ ਅਸੀਂ ਅਵਾਰਾਗਰਦ ਕਰਦੇ ਉਹਨੂੰ ਫੜ ਲੈਂਦੇ ਹਾਂ, ਤੇ 109-110 'ਚ ਬੰਦ ਕਰਾ ਦਿੰਦੇ ਸੀ ਕਿ ਬੰਦਾ ਅਸੀਂ ਅਵਾਰਾਗਰਦੀ ਕਰਦਾ। ਸ਼ਰਮ ਵਾਲੀ ਗੱਲ ਹੈ ਕਿ ਇੱਕ ਲੋਕਾਂ ਦਾ ਹਰਮਨ ਪਿਆਰਾ ਨੇਤਾ, ਆਮ ਆਦਮੀ ਪਾਰਟੀ ਦੀ ਜਿਹੜੀ ਸੰਯੋਜਕ ਜਿਨ੍ਹਾਂ ਨੇ ਪਾਰਟੀ ਸ਼ੁਰੂ ਕੀਤੀ ਹੈ, ਉਹਨਾਂ ਨਾਲ ਇਸ ਤਰ੍ਹਾਂ ਦਾ ਵਰਤਾਓ ਕਰਨਾ, ਜਿੰਨੀ ਵੀ ਨਿੰਦਿਆ ਕਰਨੀ ਉਨੀ ਥੋੜੀ ਹੈ। ਬੜੀ ਬੇਸ਼ਰਮੀ ਵਾਲੀ ਗੱਲ ਹੈ ਕਿ ਜਿਹੜੀਆਂ ਸਰਕਾਰੀ ਏਜੰਸੀਆਂ ਉਹ ਇਸ ਕੰਮ ਲਈ ਥੋੜੀਆਂ ਹੁੰਦੀਆਂ ਕਿ ਕਿਸੇ ਜਿਹੜੀ ਪਾਰਟੀ ਉਭਰ ਰਹੀ ਹੈ ਲੋਕਾਂ ਦੇ ਹਰਮਨ ਪਿਆਰੇ ਨੇਤਿਆਂ ਨੂੰ ਦਬਾਉਣ ਵਾਸਤੇ ਉਹਨਾਂ ਦਾ ਮਿਸਯੂਜ ਕਰਕੇ, ਤੇ ਬਿਨਾਂ ਕਿਸੇ ਮੁਕੱਦਮੇ ਦੇ ਅੰਦਰ ਦੇ ਮੁਕੱਦਮੇ ਦੇਖ ਲਓ ਕਿ ਜਿਸ ਤਰ੍ਹਾਂ CBI ਉਦੋਂ ਹੁੰਦੀ ਸੀ ਜਦੋਂ ਸਾਡੇ ਇੱਕ ਗੁਰੂ ਸਾਹਿਬ ਦੇ ਨਾਲ ਮੇਰੇ ਜਲਾਲਾਬਾਦ ਹੈ
ਉੱਥੋਂ ਦੇ ਜਗਿੰਦਰ ਸਿੰਘ ਹੁੰਦੇ ਸੀ IPS, ਉਹ ਹੁੰਦੇ ਸੀ CAB ਦੇ ਡਾਇਰੈਕਟਰ, ਤੇ ਜਿਹੜੇ ਪ੍ਰਧਾਨ ਮੰਤਰੀ ਨੂੰ ਜਵਾਬ ਦੇ ਦਿੰਦੇ ਸੀ ਕਿ ਇਹ ਕੰਮ ਠੀਕ ਹੈ, ਕਰਾਂਗਾ, ਗਲਤ ਮੈਂ ਨਹੀਂ ਕਰਨਾ। ਅੱਜ ਤੋਤੇ ਨੇ ਪਿੰਜਰੇ ਚ ਬੰਦ ਨੇ, ਜੋ ਕਹਿੰਦੇ ਮੋਦੀ ਸਾਹਿਬ ਉਹੀ ਹੋਈ ਜਾਂਦਾ। ਚਲੋ ਤੁਸੀਂ ਕਹਿੰਦੇ ਹੋ ਕਿ ਕੇਂਦਰੀ ਏਜੰਸੀਆਂ ਦਾ ਦੁਰਉਪਯੋਗ ਕੀਤਾ ਜਾ ਰਿਹਾ, ਤਾਂ ਇਹ ਵੀ ਕਿਹਾ ਜਾਂਦਾ ਹੈ ਕਿ 13-0 ਦੀ ਗੱਲ ਪੰਜਾਬ ਚ ਕੀਤੀ ਜਾਂਦੀ ਸੀ, ਜੇਕਰ 3 ਸੀਟਾਂ ਆਈਆਂ ਤਾਂ ਇਹਦੇ ਪਿੱਛੇ ਜਿਹੜੀ ਆਮ ਆਦਮੀ ਪਾਰਟੀ ਦੀ ਕਰਪਸ਼ਨ ਹੈ ਨਾ, ਉਹਦਾ ਲੋਕਾਂ ਨੇ ਜਵਾਬ ਦੇ ਦਿੱਤਾ। ਇਸੇ ਤਰ੍ਹਾਂ ਹੀ ਸੁਖਬੀਰ ਸਿੰਘ ਬਾਦਲ 25 ਸਾਲ ਰਾਜ ਕਰਾਂਗੇ, ਕਹਿੰਦੇ ਸੀ ਨਾ, ਨਹੀਂ ਹੋਇਆ ਨਾ। ਉਸੇ ਤਰ੍ਹਾਂ ਇਸ ਤਰ੍ਹਾਂ ਮੈਂ ਸੱਚ ਬੋਲਣ ਤੋਂ ਕਦੇ ਸੰਕੋਚ ਨਹੀਂ ਕਰਦਾ ਕਿ ਮੈਂ ਤੇ ਕਹਾਂਗਾ ਕਿ ਹੰਕਾਰ ਦਾ ਸਿਰ ਨੀਵਾ ਹੁੰਦਾ, ਸਾਨੂੰ ਨਹੀਂ ਕਹਿਣਾ ਚਾਹੀਦਾ ਸੀ। ਸਾਡਾ ਫਰਜ਼ ਬਣਦਾ ਹੈ, ਅਸੀਂ ਪਾਰਟੀ ਦੇ ਵਿੱਚ ਕੰਮ ਕਰਦੇ ਹਾਂ, ਪਾਰਟੀ ਦੇ ਸਿਪਾਹੀ ਹੈ, ਅਸੀਂ ਆਪਣੀ ਚੰਗੀਆਂ ਨੀਤੀਆਂ ਲੋਕਾਂ ਤੱਕ ਪਹੁੰਚਾਈਏ, ਨਾ ਕਿ ਹੰਕਾਰ ਦੀ ਗੱਲ ਕਰੀਏ। ਹੰਕਾਰ ਦਾ ਸਿਰ ਹਮੇਸ਼ਾ ਨੀਵਾ ਹੁੰਦਾ, ਇਸ ਕਰਕੇ ਸਾਨੂੰ ਉਹਦੇ ਵਿੱਚ ਲੋਕਾਂ ਨੇ ਜਿਹੜਾ ਕੋਈ ਫਤਵਾ ਨਹੀਂ ਦਿੱਤਾ। ਹੋ ਸਕਦਾ 2-2.5 ਸਾਲ ਸਰਕਾਰ ਨੇ ਕੰਮ ਕੀਤਾ, ਲੋਕਾਂ ਨੂੰ ਕੁਛ ਮਹਿਸੂਸ ਹੋਇਆ ਹੋਵੇ, ਵੀ ਜਿਸ ਤਰ੍ਹਾਂ ਸੀਗਾ ਕਿ ਕੁਛ ਰਾਸ਼ਨ ਕਾਰਡ ਸੀਗੇ ਜਿਹਨਾਂ ਲੋਕਾਂ ਦੇ ਜ਼ਮੀਨਾਂ ਜਾਇਦਾਦਾਂ ਸੀ ਉਹਨਾਂ ਦੇ ਕੱਟੇ ਗਏ, ਤੇ ਹੋਰ ਵੀ ਜਿਹੜੇ ਇਸ ਤਰ੍ਹਾਂ ਦੇ ਉਹ ਕੰਮ ਜਿਹੜੇ ਜਿਸ ਤਰ੍ਹਾਂ ਖੱਡਾਂ ਖੁੱਡਾਂ ਚੱਲਦੀਆਂ ਸੀ, ਲੋਕਾਂ ਨੂੰ ਰੇਤੇ ਦੀ ਤੰਗੀ ਮਹਿਸੂਸ ਹੋਈ, ਤਾਂ ਜਿਹੜੀਆਂ ਚੀਜ਼ਾਂ ਲੋਕ ਚਾਹੁੰਦੇ ਸੀ ਪਹਿਲਾਂ ਵਾਲੀਆਂ ਰਾਜ ਕਰਨ ਵਾਲੀਆਂ ਪਾਰਟੀਆਂ ਅਕਾਲੀ ਦਲ ਤੇ ਕਾਂਗਰਸ, ਤੇ ਉਹ ਲੋਕਾਂ ਨੂੰ ਮਿਸਗਾਈਡ ਕਰਕੇ ਭੰਡੀ ਪ੍ਰਚਾਰ ਕਰਕੇ ਜਿਹੜੀਆਂ ਵੋਟਾਂ ਕੱਟੀਆਂ। ਕੋਈ ਸ਼ੱਕ ਨਹੀਂ ਕਿ 13-0 ਦਾ ਦਾਅਵਾ ਤਾਂ ਠੀਕ ਸੀ, ਪਰ ਲੋਕਾਂ ਨੇ ਜਿਹੜਾ ਨਹੀਂ ਵੋਟਾਂ ਦਿੱਤੀਆਂ ਉਹਦਾ ਕਾਰਨ ਇਹੀ ਸੀ ਕਿ ਭੰਡੀ ਪ੍ਰਚਾਰ ਹੀ ਇੰਨਾ ਕਰ ਦਿੱਤਾ ਗਿਆ ਕਿ ਦੇਖੋ ਜੀ ਅੱਜ ਤੱਕ ਕੋਈ ਕੰਮ ਨਹੀਂ ਹੋਇਆ। ਕੰਮ ਸਾਰੇ ਹੋ ਰਹੇ ਨੇ, ਕੰਮ ਉਹ ਨਹੀਂ ਹੋ ਰਿਹਾ ਜਿਹੜੇ ਉਹ ਕਰਦੇ ਸੀ, ਉਹ ਨਹੀਂ ਹੋ ਰਿਹਾ। ਤੁਹਾਡੇ ਸਾਹਮਣੇ ਹੀ ਹੈ ਕਿੰਨੀਆਂ ਨੌਕਰੀਆਂ, ਤੇ ਜੇ ਇਹੀ ਮੁੱਲ ਵੇਚੀਆਂ ਹੁੰਦੀਆਂ ਤੇ ਪਤਾ ਨਹੀਂ ਕਿੰਨੇ ਕਰੋੜਾਂ ਰੁਪਈਏ ਲਾ ਜਾਣ ਬਣਾ ਲੈਣੇ ਸੀ ਰਾਜਨੀਤਿਕ ਲੋਕਾਂ ਨੇ। ਪਰ ਸਾਡੇ ਹਰਮਨ ਪਿਆਰੇ ਨੇਤਾ ਜਿਹੜੇ ਨੇ ਸਰਦਾਰ ਭਗਵੰਤ ਸਿੰਘ ਮਾਨ, ਉਹਨਾਂ ਦੀ ਸੋਚ ਸੀ ਕਿ ਲੋਕਾਂ ਦਾ ਸ਼ੋਸ਼ਣ ਨਾ ਹੋਵੇ। ਤੁਸੀਂ ਕਹਿੰਦੇ ਹੋ ਕਿ ਕੇਂਦਰ ਸ਼ਾਸਿਤ ਦੁਰਉਪਯੋਗ ਆ, ਚਾਹੇ ED ਆ, ਚਾਹੇ CBI ਆ, ਕੇਂਦਰ ਕਰਦੀ ਆ ਤੁਹਾਡੇ ਲੀਡਰਾਂ ਦੇ ਖਿਲਾਫ ਜਾਂ ਹੋਰ ਲੀਡਰਾਂ ਦੇ ਖਿਲਾਫ, ਪਰ ਆਹ ਪੰਜਾਬ ਦੀ ਗੱਲ ਆਉਂਦੀ ਆ। ਤੁਸੀਂ ਹੁਣ ਬਹੁਤ ਸਾਰੀਆਂ ਉਦਾਹਰਣਾਂ ਦਿੱਤੀਆਂ ਪੰਜਾਬ ਦੀ ਗੱਲ ਆਉਂਦੀ ਆ, ਤਾਂ ਵਿਜੀਲੈਂਸ ਦਾ ਕਿਹਾ ਜਾਂਦਾ ਆ ਕਿ ਕਾਂਗਰਸ ਵਾਲੇ ਕਹਿੰਦੇ ਨੇ ਜਾਂ ਹੋਰ ਲੀਡਰ ਕਹਿੰਦੇ ਤੁਹਾਡੇ ਵਿਰੋਧੀ ਕਹਿੰਦੇ ਵਿਜੀਲੈਂਸ ਤੁਸੀਂ ਦੁਰਉਪਯੋਗ ਕਰਦੇ ਹੋ, ਆਪਦੀ ਸਰਕਾਰ ਦੀ ਸੱਤਾ ਦੀ ਤਾਕਤ ਦਿਖਾਉਣੇ ਵਿਜੀਲੈਂਸ ਦੇ ਜ਼ਰੀਏ। ਐਲੀਗੇਸ਼ਨ ਲੱਗ ਜਾਣ ਨਾਲ ਕੋਈ ਦੋਸ਼ੀ ਨਹੀਂ ਹੋ ਜਾਂਦਾ, ਇਸ ਕਰਕੇ ਇਹ ਜਿਹੜੀਆਂ ਇਹ ਵੀ ਭੰਡੀ ਪ੍ਰਚਾਰ ਹੈ ਕਿ ਇਹ ਜਦੋਂ ਇਹਨਾਂ ਦੀ ਸਰਕਾਰ ਸੀ ਕਦੇ ਇਹਨਾਂ ਨੇ ਆਪਣੇ ਕਿਸੇ ਰਾਜਨੇਤਾ ਨੂੰ ਪੁੱਛ ਪੜਤਾਲ ਕੀਤੀ ਸੀ, ਤੇ ਆਮ ਆਦਮੀ ਪਾਰਟੀ ਚ ਦੇਖ ਲਓ ਤੁਸੀਂ ਭਾਵੇਂ ਝੂਠਾ ਬਲੇਮ ਵੀ ਲੱਗ ਜਾਂਦਾ ਉਹਦਾ ਤੁਰੰਤ ਐਕਸ਼ਨ ਲਿਆ ਜਾਂਦਾ। ਤਾਂ ਇਸ ਤਰ੍ਹਾਂ ਕਰਕੇ ਜਿਵੇਂ ਮੈਂ ਵੀ ਸ਼ਿਕਾਰ ਹੋਇਆ, ਪਰ ਸੱਚਾਈ ਕੁਛ ਨਹੀਂ ਸੀ। ਤਾਂ ਇਸੇ ਤਰ੍ਹਾਂ ਕਿ ਇਹ ਆਮ ਆਦਮੀ ਪਾਰਟੀ ਦੇ ਵਿੱਚ ਅਜਿਹਾ ਕੁਛ ਨਹੀਂ ਹੈ ਜੋ ਦੂਜੀਆਂ ਪਾਰਟੀਆਂ ਕਰਦੀਆਂ ਨੇ। ਇਹ ਬਦਨਾਮ ਕਰਦੇ ਆ ਕਿ ਵਿਜੀਲੈਂਸ ਨੂੰ ਕੀਤਾ, ਵਿਜੀਲੈਂਸ ਨੂੰ ਕੋਈ ਨਹੀਂ, ਵਿਜੀਲੈਂਸ ਉਸੇ ਨੂੰ ਹੱਥ ਪਾਉਂਦੀ ਹੈ ਜਿਹਨੇ ਇਹ ਤੋਂ ਪਹਿਲਾਂ ਪੰਜਾਬ ਨੂੰ ਲੁੱਟਿਆ। ਆਮ ਆਦਮੀ ਪਾਰਟੀ ਦੀ ਤਰੀਫ ਦੱਸ ਰਿਹਾ ਕਿ ਇਹ ਉਹ ਪਾਰਟੀ ਨਹੀਂ ਹੈ, ਜੇ ਇਲਜ਼ਾਮ ਲੱਗ ਗਿਆ ਤਾਂ ਉਹਦੇ ਤੇ ਵੀ ਐਕਸ਼ਨ, ਪਰ ਇਹਨਾਂ ਦੇ ਵਿੱਚ ਐਕਸ਼ਨ ਨਹੀਂ ਹੁੰਦਾ ਤਾਂ ਕਮਾਊ ਪੁੱਤ ਬਣ ਕੇ ਲੁੱਟਦੇ ਰਹੇ। ਇਹ ਤੁਹਾਨੂੰ ਯਾਦ ਹੋਣਾ ਕਿ ਜਦੋਂ ਅਕਾਲੀ ਦਲ ਦੀ ਸਰਕਾਰ ਹੁੰਦੀ ਸੀ ਨਾ, ਤੇ ਉਦੋਂ ਦੇ CM ਜਿਹੜੇ ਸੀ ਉਹ MLA ਨੂੰ ਕਹਿੰਦੇ ਹੁੰਦੇ ਸੀ ਸ਼ੇਰਾ ਕੋਈ ਗੱਲ ਨੀ, ਮੌਕਾ ਕਦੇ ਕਦੇ ਆਉਂਦਾ, ਬਣਾ ਲਓ ਜਿਹੜਾ ਬਣਦਾ। ਇਹ ਆਮ ਆਦਮੀ ਪਾਰਟੀ ਚ ਇਹ ਕੁਛ ਨਹੀਂ। ਸੋ ਖਰਸ਼ਾ ਦਾ ਵੀ ਪ੍ਰਗਟਾਇਆ ਜਾ ਰਿਹਾ, ਕਹਿੰਦੇ ਅੰਦਰ ਸਿਹਤ ਵਿਗੜ ਰਹੀ ਹੈ ਤੇ ਇਹ ਸਿਹਤ ਵਿਗੜਦੀ ਵਿਗੜਦੀ ਜਿਹੜੀ ਕਿ ਹੈ ਇਹ ਮੌਤ ਵੱਲ ਜਾ ਸਕਦੀ ਹੈ। ਦੇਖੋ ਡਾਇਬਟੀਜ਼ ਦੇ ਉਹ ਪਹਿਲਾਂ ਹੀ ਅਰਵਿੰਦ ਜੀ ਮਰੀਜ਼ ਨੇ ਔਰ ਬੜੇ ਸਾਲਾਂ ਤੋਂ ਹੈ, ਇਹ ਕੋਈ ਨਵੀਂ ਗੱਲ ਨਹੀਂ ਹੈਗੀ। ਔਰ ਜਿਹੜੀਆਂ ਭਾਜਪਾ ਜਿਵੇਂ ਇੱਕ ਪਾਸੇ ਤਾਂ ਜ਼ੁਲਮ ਕਰ ਰਹੀ ਹੈ, ਦੂਜੇ ਪਾਸੇ ਮਜ਼ਾਕ ਕਰ ਰਹੀ ਹੈ, ਇਹ ਸ਼ੋਭਾ ਨਹੀਂ ਦਿੰਦਾ। ਪਰ ਜਿਸ ਤਰੀਕੇ ਨਾਲ ਜ਼ੁਲਮ ਕੀਤਾ, ਜਿਸ ਤਰੀਕੇ ਨਾਲ ਇਹਨਾਂ ਨੇ ਅਰਵਿੰਦ ਜੀ ਨੂੰ ਫਸਾਉਣ ਦਾ ਯਤਨ ਕੀਤਾ,
ਇਹ ਬਹੁਤ ਮੰਦਭਾਗੀ ਗੱਲ ਆ। ਕਿਉਂ ਲੱਗ ਰਿਹਾ ਵਾਰ ਵਾਰ 100 ਕਰੋੜ ਦੀ ਗੱਲ ਹੋ ਰਹੀ ਹੈ, 100 ਕਰੋੜ ਦੇ ਵਿਚਲੇ ਤੌਰ ਤੇ ਕਿਹਾ ਜਾ ਰਿਹਾ ਕਿ ਦੋਸ਼ ਪੱਤਰ ਦੇ ਵਿੱਚ ਅਰਵਿੰਦ ਕੇਜਰੀਵਾਲ ਦਾ ਨਾਮ ਆਉਣਾ, ਮੁੱਖ ਸਰਗਣਾ ਅਰਵਿੰਦ ਕੇਜਰੀਵਾਲ ਹੋਣਾ। ਇਸ ਤੋਂ ਪਹਿਲਾਂ ਮਨੀਸ਼ ਸਿਸੋਦੀਆ ਜੀ ਨੂੰ ਉਹਨਾਂ ਨੇ ਅਰੈਸਟ ਕੀਤਾ, ਸਤਿੰਦਰ ਜੈਨ ਜੀ ਨੂੰ ਕੀਤਾ, 1 ਰੁਪਈਏ ਦੀ ਰਿਕਵਰੀ ਨਹੀਂ ਹੋਈ। ਔਰ ਕਿਸੇ ਨੇ ਅੱਜ ਤੱਕ ਜਿਹੜੇ ਪਹਿਲੇ ਕਿਤੇ ਜਿਹਨਾਂ ਨੂੰ ਅਰੈਸਟ ਕੀਤਾ ਹੋਵੇ ਉਹਨਾਂ ਦੇ ਬਿਆਨਾਂ ਵਿੱਚ ਅਰਵਿੰਦ ਜੀ ਦਾ ਨਾਮ ਆਇਆ ਹੋਵੇ? ਕੋਈ ਤਾਂ ਕਾਰਨ ਹੋਵੇ। ਅਰਵਿੰਦ ਜੀ ਕੋਲ ਕੋਈ ਵਿਭਾਗ ਨਹੀਂ ਹੈਗਾ, ਕਿਹੜੇ ਬੇਸ ਤੇ ਤੁਸੀਂ ਉਹਨਾਂ ਨੂੰ ਅਰੈਸਟ ਕੀਤਾ? ਇਸ ਕਰਕੇ ਔਰ ਇੱਕ ਮੌਕੇ ਦੇ ਸੀਐਮ ਨੂੰ ਅਰੈਸਟ ਕਰਨਾ, ਇਹ ਤਾਂ ਆਪਣੇ ਆਪ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿ ਵੰਡਾਟਾ ਪੋਲਿਟਿਕਸ ਹੋ ਰਹੀ ਹੈ। ਸੋ ਰਾਜਨੀਤੀ ਕੀਤੀ ਜਾ ਰਹੀ ਹੈ, ਬਦਲਾਖੋਰੀ ਦੀ ਰਾਜਨੀਤੀ ਦਾ ਨਾਮ ਇਸ ਨੂੰ ਦਿੱਤਾ ਜਾ ਰਿਹਾ। ਇੰਦਰਪ੍ਰੀਤ ਨਿੱਜਰ MLA ਸਾਡੇ ਨਾਲ ਨੇ। ਦੇਖੋ ਸਾਰੀ ਦੁਨੀਆ ਕਹਿੰਦੀ ਹੈ ਕਿ ਬਦਲਾਖੋਰੀ ਦੀ ਨੀਤੀ ਹੈ, ਸਾਨੂੰ ਵੀ ਸਭ ਨੂੰ ਪਤਾ, ਸਾਨੂੰ ਸਭ ਨੂੰ ਆਪਣੇ ਦਿਲ ਚ ਪਤਾ, ਪਰ ਇੱਕ ਸਿਰਫ ਆਰਗੂਮੈਂਟ ਸੇਕ ਵਾਸਤੇ ਅਸੀਂ ਇਹ ਗੱਲਾਂ ਕਰਦੇ ਹਾਂ। ਇਹ ਜਿਹੜੇ ਹਿਟਲਰ ਨੀਤੀ ਦੇ ਲੋਕ ਹੁੰਦੇ ਨੇ ਇਹਨਾਂ ਦੇ ਕੰਟਰੋਲ ਚ, ਇਹਨਾਂ ਦੇ ਬਸ ਨਹੀਂ ਹੁੰਦਾ ਇਸ ਤਰ੍ਹਾਂ ਬਿਹੇਵ ਕਰਨਾ। ਇਹਨਾਂ ਦੇ ਅੱਗੇ ਕੋਈ ਬੰਦਾ ਖੜਾ ਹੋਵੇ ਤੇ ਇਹਨਾਂ ਦੀ ਵਿਰਤੀ ਹੁੰਦੀ ਹੈ ਕਿ ਉਸ ਬੰਦੇ ਨੂੰ ਜੜੋ ਖਾੜਨ ਦੀ ਕੋਸ਼ਿਸ਼ ਕਰਦੇ ਨੇ, ਇਹੀ ਕੋਸ਼ਿਸ਼ ਕਰ ਰਹੇ ਨੇ। ਇਹਨਾਂ ਫੇਲ ਹੋਣਾ, ਜਿੰਨੀ ਹੇਰਾ ਫੇਰੀ BJP ਨੇ ਕੀਤੀ ਹੈ ਇਲੈਕਟ੍ਰੋਲ ਬੌਂਡਸ ਵਿੱਚ, ਉਹ ਕੰਪਨੀਆਂ ਕੋਲ ਨਾ ਪੈਸੇ ਦੇ ਜਿਹੜੀ ਹਲੇ ਸਾਲ ਸਾਲ ਨਹੀਂ ਬਣੀਆਂ ਨੂੰ ਹੋਇਆ। ਔਰ ਇਹ ਕਹਿੰਦੇ ਨੇ ਕਿ ਦਾਨ ਗੁਪਤ ਹੁੰਦਾ, ਦਾਨ ਗੁਪਤ ਨਹੀਂ ਹੁੰਦਾ, ਕਿਉਂਕਿ ਜੋ ਵੀ ਪੈਸੇ ਦੇ ਰਹੇ ਹੁੰਦੇ ਸਟੇਟ ਬੈਂਕ ਜਾ ਰਹੇ ਹੁੰਦੇ ਆ। ਸਟੇਟ ਬੈਂਕ ਤਾਂ ਤੁਹਾਡੇ ਮੇਰੇ ਵਾਸਤੇ ਸਾਨੂੰ ਰਿਕਾਰਡ ਨਹੀਂ ਦੇਣਗੇ, ਸੁਪਰੀਮ ਕੋਰਟ ਨੂੰ ਵੀ ਰਿਕਾਰਡ ਨਹੀਂ ਦੇ ਰਹੇ, ਲੇਕਿਨ ਸਰਕਾਰ ਕੋਲ ਤਾਂ ਸਾਰਾ ਰਿਕਾਰਡ ਹੁੰਦਾ। ਇੱਕ ਸਰਕਾਰ ਦਾ ਬੈਂਕ ਹੈ, ਉਹਨਾਂ ਕੋਲ ਸਾਰਾ ਰਿਕਾਰਡ ਹੈ ਕਿ ਕਿੰਨੇ ਪੈਸੇ ਤੇ ਕਿੰਨੇ ਨਹੀਂ ਦਿੱਤੇ। ਸੋ ਪਹਿਲਾਂ ਕਾਨੂੰਨ ਸੀਗਾ ਕਿ ਜੋ 3 ਸਾਲਾਂ ਤੋਂ ਪਹਿਲਾਂ ਡੋਨੇਸ਼ਨ ਨਹੀਂ ਦੇ ਸਕਦੇ, ਤੁਸੀਂ ਇੱਕ ਫਿਕਸਡ ਅਮਾਊਂਟ ਸੀਗਾ ਤੁਹਾਡਾ ਪ੍ਰੋਫਿਟ, ਜੇ 1 ਕਰੋੜ ਹੈ ਤਾਂ ਤੁਸੀਂ ਸ਼ਾਇਦ 20 ਲੱਖ ਦੇ ਸਕਦੇ ਹੋ। ਹੁਣ ਤਾਂ ਕੋਈ ਅੰਤ ਹੀ ਨਹੀਂ ਹੈ। ਇਹਨਾਂ ਸ਼ੈਲ ਕੰਪਨੀਆਂ ਖੋਲੀਆਂ ਨੇ ਜਿਹੜੇ ਕਰਪਸ਼ਨ ਕਰਦੇ ਨੇ, ਉਹਨਾਂ ਨੂੰ ਨਾਲ ਰਲਾ ਕੇ ਉਹਨਾਂ ਕੋਲ ਡੋਨੇਸ਼ਨਾਂ ਲੈ ਕੇ ਤੇ ਮੁੜਕੇ ਉਹਨਾਂ ਨੂੰ ਬਹਾਲ ਕਰ ਦਿੰਦੇ ਨੇ। ਸੋ ਸਾਨੂੰ ਸਭ ਨੂੰ ਪਤਾ ਹਿੰਦੁਸਤਾਨ 'ਚ ਕੀ ਹੋ ਰਿਹਾ, ਕਿਹੜੇ ਕਿਹੜੇ ਪ੍ਰਾਂਤਾਂ 'ਚ ਕੀ ਹੋਇਆ, ਸਾਨੂੰ ਸਭ ਨੂੰ ਪਤਾ। ਬਿਲਕੁਲ ਬਦਲਾਖੋਰੀ ਦੀ, ਤੁਸੀਂ ਕਹਿੰਦੇ ਬਦਲਾਖੋਰੀ ਦੀ, ਉਹ ਕਹਿੰਦੇ ਵੀ ਖੁਦ ਨੂੰ ਕੱਟੜੇ ਇਮਾਨਦਾਰ ਕਹਿ ਲੈਂਦੇ ਨੇ, ਖੁਦ ਨੂੰ ਕੱਟੜੇ ਇਮਾਨਦਾਰ ਕਹਿ ਲੈਂਦੇ ਨੇ, ਪਰ ਜਦੋਂ 100 ਕਰੋੜ ਦਾ ਜ਼ਿਕਰ ਆਉਂਦਾ ਉਹ ਕਹਿੰਦੇ ਵੀ ਇਹ ਪੈਸਾ ਹਵਾਲੇ ਦੇ ਤਰ੍ਹਾਂ ਆਇਆ, ਇਹ ਲੋਕ ਸਭਾ ਚੋਣਾਂ ਦੇ ਵਿੱਚ ਜਾਂ ਹੋਰ ਚੋਣਾਂ ਦੇ ਵਿੱਚ ਵਰਤਿਆ ਗਿਆ। ਦੇਖੋ ਪਤਾ ਗੱਲ ਕੀ ਹੈ, ਸਾਨੂੰ ਵੀ ਡੋਨੇਸ਼ਨ ਆਈਆਂ, ਅਸੀਂ ਉਸ ਡੋਨੇਸ਼ਨ ਇਲੈਕਸ਼ਨ ਲੜੀ ਆ, ਅਸੀਂ ਕਿਸੇ ਤਰੀਕੇ ਦੀ ਕੋਈ ਕਰਪਸ਼ਨ ਨਹੀਂ ਕੀਤੀ। ਸਾਡੀ ਪਾਰਟੀ ਨੇ ਕੇਜਰੀਵਾਲ ਸਾਹਿਬ ਨੂੰ ਜੇ ਅਸੀਂ ਕਰਪਟ ਕਹਾਂਗੇ ਤਾਂ ਫਿਰ ਅਸੀਂ ਇਮਾਨਦਾਰ ਕਿਹਨੂੰ ਕਹਾਂਗੇ? ਸਾਨੂੰ ਸਭ ਨੂੰ ਪਤਾ ਕਿ ਉਹ ਪਾਵਰ ਹੰਗਰੀ ਨਹੀਂ ਗਏ, ਚੰਗੇ ਇਨਸਾਨ ਨੇ, ਔਰ ਸਿਹਤਾਂ ਦੀ ਖਰਾਬ ਹੋਣ ਦੇ ਬਾਵਜੂਦ, ਸ਼ੂਗਰ ਹੋਣ ਦੇ ਬਾਵਜੂਦ ਪੂਰੀ ਲੜਾਈ ਅੱਗੇ ਲੱਗ ਕੇ ਲੜਦੇ ਨੇ, ਔਰ ਅਸੀਂ 100% ਕਮਿਟਡ ਹਾਂ ਉਹਦੇ ਨਾਲ, ਅਸੀਂ 100% ਕੇਜਰੀਵਾਲ ਸਾਹਿਬ ਦੇ ਨਾਲ। ਅਰਵਿੰਦ ਕੇਜਰੀਵਾਲ ਦੇ ਨਾਲ ਨੇ ਕਮਿਟਮੈਂਟ ਆਪਣੀ ਸ਼ੋਅ ਕੀਤੀ ਜਾ ਰਹੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਵੱਲੋਂ, ਹਾਲਾਂਕਿ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਰੋਸ ਪ੍ਰਦਰਸ਼ਨ ਭਾਜਪਾ ਦੇ ਖਿਲਾਫ। ਇਹ ਕਿਹਾ ਜਾ ਰਿਹਾ ਹੈ ਕਿ ਭਾਜਪਾ ਦੀ ਕੇਂਦਰ ਦੀ ਜਿਹੜੀ ਸਰਕਾਰ ਹੈ ਉਹ ਇਸ ਵਕਤ ਜਿਹੜੀਆਂ ਏਜੰਸੀਆਂ ਨੇ, ਕੇਂਦਰੀ ਏਜੰਸੀਆਂ ਨੇ ਉਹਨਾਂ ਦੁਰਉਪਯੋਗ ਕਰ ਰਹੇ ਆ। ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਨੂੰ ਦੇਖਣਾ ਕਿ ਜਿਹੜੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਨਤੀਜਾ ਕਿਸ ਰੂਪ ਦੇ ਵਿੱਚ ਸਾਹਮਣੇ ਆਵੇਗਾ। ਸਰਕਾਰ ਵੱਲੋਂ ਜਗਦੀਸ਼ ਦੇ ਨਾਲ ਸਪੋਕਸਮੈਨ ਆਏ ਨੇ।